ਸਰ, ਜੋ ਐਕਸਪੋ ਮੇਲੇ ਜੋ ਸਾਡਾ ਉਦਮੀ ਸਮਾਗਮ ਹੋ ਰਿਹਾ ਆ, ਇਹਦੇ ਵਿੱਚ ਆਮ ਜਨਤਾ ਨੂੰ ਕੀ ਫਾਇਦਾ ਹੁੰਦਾ ਹੈ? ਜਿਹੜਾ ITI ਕਾਲਜ ਅੰਮ੍ਰਿਤਸਰ ਵਿਖੇ, ਰਣਜੀਤ ਐਵਨਿਊ ਵਿਖੇ ਉੱਦਮੀ ਸਮਾਗਮ ਮੇਲਾ ਲਾਇਆ ਗਿਆ ਸਾਡੇ ਡਿਪਟੀ ਕਮਿਸ਼ਨਰ ਢਿੱਲੋਂ ਸਾਹਿਬ ਵੱਲੋਂ, ਅਤੇ ਉਹਨਾਂ ਨੇ ਸਾਰੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਪ੍ਰੋਡਕਟ ਤਿਆਰ ਹੁੰਦੇ ਸੀ, ਖਾਸ ਕਰ ਕਿਸਾਨੀ ਨਾਲ ਸੰਬੰਧਿਤ, ਕਿਉਂਕਿ ਡਾਇਵਰਸੀਫਿਕੇਸ਼ਨ ਦੀ ਬਹੁਤ ਵੱਡੀ ਲੋੜ ਹੈ ਜੀ, ਪੋਲਿਊਸ਼ਨ ਬਹੁਤ ਵੱਡੀ ਸਮੱਸਿਆ ਹੈ ਜੀ, ਔਰ ਪਾਣੀ ਵੀ ਸਾਡਾ ਧਰਤੀ ਦਾ ਘਟਦਾ ਜਾਂਦਾ। ਅੱਜ ਬਹੁਤ ਵੱਡੇ ਸਟਾਲ ਜਿਹੜੇ ਆ ਉਹ ਉੱਦਮੀ ਕਿਸਾਨਾਂ ਦੇ ਵੀ ਲੱਗੇ ਨੇ, ਔਰ ਇਹ ਇੱਕ ਨਵੀਂ ਪੈੜ ਕਹਿ ਸਕਦੇ ਹਾਂ, ਨਵੀਂ ਦਿਸ਼ਾ ਕਹਿ ਸਕਦੇ ਹਾਂ, ਕਿਉਂਕਿ ਨੌਜਵਾਨ ਆ ਕੇ ਦੇਖੇਗਾ, ਲੋਕ ਆ ਕੇ ਖਰੀਦਣਗੇ ਕਿ ਅੰਮ੍ਰਿਤਸਰ ਦੇ ਵਿੱਚ ਕਿਹੜੀ ਕਿਹੜੀ ਚੀਜ਼ ਬਣ ਸਕਦੀ ਹੈ। ਮੈਂ ਸਮਝਦਾ ਕਿ ਦੁੱਧ ਨੂੰ ਜਾਗ ਲਾਉਣ ਦੇ ਬਰਾਬਰ ਹੀ ਇੱਕ ਗੱਲ ਹੈ, ਅੱਜ ਇਹਨਾਂ ਨੇ ਹਿੰਮਤ ਕੀਤੀ ਆ, ਔਰ ਮੇਰੇ ਅੰਦਰ ਵੀ ਇੱਕ ਇੰਸਪੀਰੇਸ਼ਨ ਆਈ ਹੈ ਵੀ ਇਹਨੂੰ ਕਿਉਂ ਨਾ ਹੋਰ ਵਧੀਆ ਤਰੀਕੇ ਦੇ ਨਾਲ ਲੋਕਾਂ ਤੱਕ ਪਹੁੰਚਾਇਆ ਜਾਵੇ। ਸਰ, ਅੱਜ ਸਾਡੇ ਸਾਰੇ ਬੱਚੇ ਬਾਹਰ ਨੂੰ ਜਾ ਰਹੇ ਆ, ਅਸੀਂ ਕੋਸ਼ਿਸ਼ ਕਰਨੀ ਹੈ ਪਰ ਏਕੜ ਜਿਹੜੀ ਇਨਕਮ ਹੈ, ਜਿਸ ਤਰੀਕੇ ਨਾਲ ਸਾਡੇ ਕਿਸਾਨ ਦੱਸ ਰਹੇ, ਕਈ ਇੱਥੇ ਫਾਰਮਰ ਨੇ ਜਿਹੜੇ ਜਿਹਨਾਂ ਕੋਲ ਆਪਣੀ ਜ਼ਮੀਨ ਹੀ ਹੈ ਨਹੀਂ ਜੀ, ਸ਼ਾਇਦ ਦਾ ਐਡਾ ਵੱਡਾ ਉਹਨਾਂ ਦਾ ਕੰਮ ਹੈ, ਸੂਰਾਂ ਦਾ ਕੰਮ ਉਹ ਕਰ ਰਹੇ, ਅੱਧੇ ਕਿੱਲੇ ਜ਼ਮੀਨ ਦੇ ਉੱਤੇ ਉਹ ਆਉਂਦੇ ਵੀ ਅਸੀਂ ਹੁਣ ਮਤਲਬ ਬਹੁਤ ਵੱਡੀ ਇਨਕਮ ਕਰਦੇ ਨੇ ਜੀ। ਸੋ ਉੱਦਮੀ ਦਾ ਮਤਲਬ ਜਿੰਨੇ ਉੱਦਮ ਕਰਨਾ ਆ, ਉਹ ਕਹਿੰਦੇ ਉੱਦਮ ਅੱਗੇ ਲੱਛਮੀ ਦੇ ਪੱਖੇ ਅੱਗੇ ਪਾਉਣ, ਉਹ ਹਿਸਾਬ ਆ। ਅਤੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਅੰਮ੍ਰਿਤਸਰ ਵਾਸਤੇ, ਮੈਂ ਸਮਝੂੰਗਾ ਇੱਕ ਨਵੀਂ ਦਿਸ਼ਾ ਆ ਮਾਝੇ ਵਾਸਤੇ, ਅੱਜ ਇਹਨਾਂ ਨੇ ਇੱਕ ਚਿੰਨ੍ਹ ਲਾਈ ਆ, ਮੈਂ ਕਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡਾ ਮੇਲਾ ਬਣੇਗਾ, ਔਰ ਇੱਕ ਸਰਕਾਰ ਨੂੰ ਵੀ ਅਸੀਂ ਕਹਾਂਗੇ ਕਿ ਸਾਨੂੰ ਇੱਕ ਰਿਟੇਲ ਸੈਂਟਰ ਜਿਹੜਾ ਉੱਦਮੀਆਂ ਵਾਸਤੇ ਬਣਾ ਕੇ ਦਿੱਤਾ ਜਾਵੇ, ਜਿਹਦੇ 'ਚ ਸਾਰੇ ਇਹੀ ਨਹੀਂ ਇੰਡਸਟਰੀ ਦੇ ਨਾਲ ਸੰਬੰਧਿਤ ਵੀ ਜਿਹੜੇ, ਚਾਹੇ ਐਗਰੀਕਲਚਰ ਹੈ ਚਾਹੇ ਹੋਰ ਵੀ ਇੰਡਸਟਰੀ ਹੈ, ਉਹ ਆਪਣਾ ਸਟਾਲ ਲਾ ਕੇ ਆ ਸਕਣ, ਅਤੇ ਆਪਣਾ ਬਾਹਰੋਂ ਕੋਈ ਆਉਂਦਾ ਹੈ, ਕੋਈ ਕਸਟਮਰ ਆਉਂਦਾ ਹੈ ਜਾਂ ਕੋਈ ਟੂਰਿਸਟ ਆਉਂਦਾ ਹੈ, ਉੱਥੋਂ ਆ ਕੇ ਆਪਣੀ ਚੀਜ਼ ਖਰੀਦ ਸਕੇ, ਉਹਨਾਂ ਨੂੰ ਆਰਡਰ ਪਲੇਸ ਕਰ ਸਕੇ, ਕਿਉਂਕਿ ਇਹ ਜਿੱਥੇ ਜਿੱਥੇ ਬੈਠੇ, ਮੈਨੂੰ ਨਹੀਂ, ਮੈਂ ਮੈਂਬਰ ਪਾਰਲੀਮੈਂਟ ਹੈ, ਮੈਨੂੰ ਹੀ ਨਹੀਂ ਸੀ ਪਤਾ ਇੱਥੇ ਇੰਨਾ ਕੁਝ ਬਣ ਰਿਹਾ, ਪਰ ਜੇ ਇੱਕ ਛੱਤ ਥੱਲੇ ਆ ਜਾਣਗੇ ਤਾਂ ਸਾਨੂੰ ਬਹੁਤ ਕੁਝ ਇਹਨਾਂ ਨੂੰ ਵੇਖ ਕੇ ਹੋਰ ਲੋਕ ਵੀ ਸਿੱਖਣਗੇ। ਸੋ ਇਹਦੇ ਵਾਸਤੇ ਮੈਂ ਡੀ ਸਾਹਿਬ ਨੂੰ ਕਹੂੰਗਾ ਕਿ ਇੱਕ ਪ੍ਰੋਜੈਕਟ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰਾਜ ਸਰਕਾਰ ਨੂੰ ਬਣਾ ਕੇ ਭੇਜਾਂਗੇ, ਔਰ ਕੈਪਟਨ ਸਾਹਿਬ ਦਾ ਬਹੁਤ ਵੱਡਾ ਇੱਕ ਸੋਚ ਹੈ, ਬੜਾ ਮਤਲਬ ਇੱਕ ਵਿਜ਼ਨ ਆ ਕਿ ਉਹ ਚਾਹੁੰਦੇ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਸਾਡਾ ਕਿਸਾਨ ਜਿਹੜਾ ਆ ਉਹ ਇੱਕ ਸੁਸਾਈਡ ਤੋਂ ਬਚੇ, ਔਰ ਇੱਕ ਜਿਹੜਾ ਬਾਹਰ ਜਾਂਦਾ ਜੋ ਨੌਜਵਾਨ ਹੈ ਸਾਡਾ, ਉਹ ਇੱਥੇ ਰੁਜ਼ਗਾਰ ਕਰੇ। ਸੋ ਮੈਂ ਸਮਝੂੰਗਾ ਕਿ ਬੜੀ ਵੱਡੀ ਪਹਿਲ ਹੋਊਗੀ ਜੇ ਇੱਕ ਰਿਟੇਲ ਸੈਂਟਰ ਜਿਹੜਾ ਆ ਉਹ ਅੰਮ੍ਰਿਤਸਰ ਵਿੱਚ ਇਸ ਲੈਵਲ ਦਾ ਬਣ ਜਾਵੇ, ਜਿੱਥੇ ਸਿਰਫ ਅਤੇ ਸਿਰਫ ਜਿਹੜੇ ਪ੍ਰੋਡਕਸ਼ਨ ਬਣਾਉਂਦੇ ਨੇ, ਕਰਦੇ ਨੇ, ਪ੍ਰੋਡਕਟ ਕਰਦੇ ਨੇ, ਬਣਾਉਂਦੇ ਨੇ, ਉਹੀ ਸਿਰਫ ਆ ਕੇ ਉੱਥੇ ਆਪਣਾ ਜਿਹੜੇ ਇਨੀਸ਼ੀਅਲ ਸਟੇਜ 'ਤੇ ਉਹੀ ਆਪਣਾ ਸਟਾਲ ਲੈਣ ਅਤੇ ਆਪਣੀ ਗੱਲ ਲੋਕਾਂ ਦੇ ਅੱਗੇ ਰੱਖਣ, ਅਤੇ ਇੱਥੋਂ ਸਾਡਾ ਕਿਉਂਕਿ ਇੰਟਰਨੈਸ਼ਨਲ ਏਅਰਪੋਰਟ ਬਣ ਗਿਆ, ਇੱਥੇ ਐਕਸਪੋਰਟ ਕਰਨਾ ਵੀ ਬਹੁਤ ਸੌਖਾ ਆ, ਅੰਤਰਰਾਸ਼ਟਰੀ ਪੱਧਰ 'ਤੇ ਅਸੀਂ ਜ਼ਮੀਨ ਰਾਹੀਂ ਜੁੜੇ ਹਾਂ, ਰੇਲ ਰਾਹੀਂ ਜੁੜੇ ਹਾਂ ਅੰਤਰਰਾਸ਼ਟਰੀ ਦੇਸ਼ਾਂ ਦੇ ਨਾਲ, ਸੋ ਇਹਦਾ ਵੀ ਸਾਨੂੰ ਬਹੁਤ ਵੱਡਾ ਲਾਭ ਮਿਲ ਸਕਦਾ। ਸਰ, ਇੱਕ ਲਾਸਟ ਛੋਟਾ ਸਵਾਲ ਹੈ ਸਰ, ਸਾਡੀ ਬਹੁਤੀ ਆਬਾਦੀ ਜੋ ਸਾਡੇ ਦੇਸ਼ ਦੀ ਪੂਰੇ ਪੰਜਾਬ ਦੀ ਆਬਾਦੀ ਬਹੁਤੀ ਪਿੰਡਾਂ 'ਚ ਵੱਸਦੀ ਆ ਸਰ, ਇਹੜੇ ਉਪਰਾਲੇ ਆ ਇਹੋ ਜਿਹੇ ਪਿੰਡਾਂ ਦੇ ਵਿੱਚ ਜੇ ਹੋਣ ਉਹ ਲੋਕ ਜ਼ਿਆਦਾ ਜਾਗਰੂਕ ਹੁੰਦੇ ਆ? ਗੱਲ ਪਤਾ ਕੀ ਹੁੰਦੀ, ਇਹਨਾਂ ਨੂੰ ਸੇਲ ਕਾਊਂਟਰ ਵੀ ਚਾਹੀਦੇ ਆ, ਸੇਲ ਕਾਊਂਟਰ, ਇਹਨਾਂ ਦਾ ਮਕਸਦ ਹੁੰਦਾ ਕਿ ਪਿੰਡਾਂ ਤੋਂ ਲਿਆ ਕੇ ਸ਼ਹਿਰ 'ਚ ਲਾਉਣਾ, ਵੀ ਸ਼ਹਿਰ ਵਾਲਿਆਂ ਨੂੰ ਪਤਾ ਲੱਗੇ ਵੀ ਆਹ ਖਰੀਦਣਾ ਹੈ, ਸਮਝੇ? ਇਹਨਾਂ ਦੇ ਕੈਂਪ ਜਿਹੜੇ ਆ ਉਹ ਤਾਂ ਸਾਡੇ ITI ਆਪਣਾ ਇੰਡਸਟਰੀ ਡਿਪਾਰਟਮੈਂਟ, ਐਗਰੀਕਲਚਰ ਵਾਲੇ ਆ, ਪੰਜਾਬ ਐਗਰੋ ਵਾਲੇ ਆ, ਇਹ ਸਾਰੇ ਕਰ ਹੀ ਰਹੇ ਨੇ, ਇਹ ਤਾਂ ਪਿੰਡਾਂ 'ਚ ਜਾ ਰਹੇ ਨੇ, ਦੱਸ ਰਹੇ ਨੇ, ਪਰ ਇਹਨਾਂ ਨੂੰ ਹੁਣ ਵੇਚਣਾ ਕਿੱਥੇ ਆ? ਦਿਖਾਉਣਾ ਤਾਂ ਇਹਨਾਂ ਲੋਕਾਂ ਨੂੰ ਹੁਣ ਸ਼ਹਿਰ ਵਾਲਿਆਂ ਨੂੰ, ਭਾਈ ਆਹ ਦੇਖੋ ਜਿਹੜੇ ਅਰਬਨ ਏਰੀਏ 'ਚ ਬੈਠੇ ਨੇ ਕਿ ਆਹ ਦੇਖੋ ਆਹ ਜਿਹੜੇ ਰੂਰਲ ਏਰੀਏ ਦੇ ਪ੍ਰੋਡਕਟ ਨੇ ਜਿਹੜੇ ਸਾਡੇ ਲਿਆਉਂਦੇ ਨੇ, ਇਹਨਾਂ ਨੂੰ ਖਰੀਦੋ, ਜਦੋਂ ਖਰੀਦਣਗੇ ਕੁਦਰਤੀ ਗੱਲ ਪ੍ਰੋਡਕਸ਼ਨ ਵਧਾਉਣੀ ਪਏਗੀ, ਜੇ ਵਧਾਉਣੀ ਪਏਗੀ ਤਾਂ ਆਮਦਨ ਵਧੇਗੀ ਵਧੇਗੀ। ਇੱਕ ਰਿਕੁਐਸਟ ਹੈਗੀ ਹੈ, ਜਿਸ ਤਰ੍ਹਾਂ ਮਿੰਨੀ ਪ੍ਰਗਤੀ ਮੈਦਾਨ ਹੈ ਦਿੱਲੀ, ਇਹੋ ਜਿਹੀ ਪਰਮਾਨੈਂਟ ਸਥਿਤੀ।